सिद्ध शक्तिपीठ श्री देवी तालाब मंदिर सरोवर तटवासिनी पर स्थित विश्वमुखी मां त्रिपुर मालिनी धाम में साप्ताहिक भजन संध्या करवाई गई, जिसमें सर्वप्रथम मां त्रिपुर मालिनी चालीसा का गुणगान राजकुमार सहगल एंड पार्टी द्वारा किया गया। इसके पश्चात भजन गायक राजू चांद एंड पार्टी रामा मंडी वाले ने मां भगवती के भजनों को गाकर उपस्थित मां भक्तों को झूमने पर विवश कर दिया। माता की चौकी में मंच संचालन बलदेव आनंद ने किया। इस अवसर पर वरिष्ठ उपप्रधान ललित गुप्ता, कोषाध्यक्ष पविंदर बहल, पूर्व प्रधान विनोद गुप्ता, फाउंडर मेंबर सुदर्शन ज्योति, सीमा गल्होत्रा, यादव खोसला, रमन शर्मा, सौरभ शर्मा, दविंदर प्रभाकर, भारत भूषण बजाज, जगमोहन सिंह खोसला सहित असंख्य भक्तजन मौजूद रहे। जालंधर से हलचल के लिए कैमरामैन सुदेश भगत की रिपोर्ट। ਪਿਛਲੇ ਸ਼ੁੱਕਰਵਾਰ ਵੀ ਤੁਹਾਨੂੰ ਦੱਸਿਆ ਸੀ ਮਾਂ ਦੇ ਇਸ ਮੰਦਰ ਦੇ ਸੇਵਕ ਜੋ ਅੱਜ ਸਾਡੇ ਵਿੱਚ ਨਹੀਂ ਰਹੇ ਬਾਬਾ ਬਲਬੀਰ ਨਿਰਦੋਸ਼ ਜੀ, ਉਹਨਾਂ ਦੀ ਚੌਥੀ ਪੁੰਨਿਆ ਤਿਥੀ 'ਤੇ ਲੰਬਾ ਪਿੰਡ ਅਰਜੁਨ ਨਗਰ ਲੰਬਾ ਪਿੰਡ ਦੇ ਵਿੱਚ ਸਾਡੇ ਛੋਟੇ ਵੀਰ ਦੀਪਕ ਝਾਂਜੀ ਜੀ ਦੇ ਘਰ ਦੇ ਕੋਲ ਇੱਕ ਵਿਸ਼ਾਲ ਭਜਨ ਮੇਲਾ ਜਿਹੜਾ ਹੈ ਉੱਥੇ ਹੋ ਰਿਹਾ। ਇਹ ਪੁੰਨਿਆ ਤਿਥੀ 'ਤੇ ਜੋ ਚੌਕੀ ਮਹਾਰਾਣੀ ਦੀ ਹੋਏਗੀ 6 ਵਜੇ ਤੋਂ ਲੈ ਕੇ 7 ਵਜੇ ਤੱਕ ਚਾਲੀਸਾ ਪਾਠ ਪੜਿਆ ਜਾਏਗਾ। 7 ਵਜੇ ਤੋਂ ਲੈ ਕੇ ਅਤੇ ਮਹਾਰਾਣੀ ਦੀ ਇੱਛਾ ਤੱਕ ਸਾਡੇ ਛੋਟੇ ਵੀਰ ਸ਼ਿਵ ਭਾਰਦਵਾਜ ਜੀ ਲੁਧਿਆਣੇ ਵਾਲੇ ਆ ਕੇ ਮਹਾਰਾਣੀ ਦਾ ਗੁਣਗਾਨ ਕਰਨਗੇ। ਉਸ ਤੋਂ ਬਾਅਦ ਪ੍ਰਸ਼ਾਦ ਰੂਪੀ ਲੰਗਰ ਹੋਏਗਾ। ਸਾਰੀ ਸੰਗਤ ਹੁਮ ਆ ਕੇ ਪਹੁੰਚ ਕੇ ਉਸ ਬਾਬੂ ਜੀ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਸ਼ਰਧਾ ਦੇ ਫੁੱਲ ਚੜਾਏ ਜਾਣਗੇ ਉੱਥੇ। ਤੋ ਸਾਰੀ ਸੰਗਤ ਅੱਗੇ ਬੇਨਤੀ ਹੈ ਕਿ ਪਹੁੰਚ ਕੇ ਮਹਾਰਾਣੀ ਦਾ ਆਸ਼ੀਰਵਾਦ ਲਓ। ਉਹ ਵਿਸ਼ਵੀ ਆਤਮਾ ਨੂੰ ਯਾਦ ਕਰਕੇ ਉਹਨਾਂ ਨੂੰ ਨਮਸਕਾਰ ਕਰਨਾ ਹੈ। ਹਰ ਸੰਕ੍ਰਾਂਤੀ ਤੋਂ ਬਾਅਦ ਜੋ ਅਗਲਾ ਐਤਵਾਰ ਆਉਂਦਾ ਹੈ ਉਸ ਦਿਨ ਮਹਾਰਾਣੀ ਦੇ ਇਸ ਦਰਬਾਰ 'ਚ ਚੁਪਹਿਰਾ ਹੁੰਦਾ ਹੈ, ਜੋ ਪਰਸੋਂ ਐਤਵਾਰ ਹੈ। ਔਰ ਐਤਵਾਰ 12 ਵਜੇ ਤੋਂ ਲੈ ਕੇ ਮਹਾਰਾਣੀ ਦੀ ਇੱਛਾ ਤੱਕ ਹੋਏਗਾ। ਸਾਰੀ ਸੰਗਤ ਉਸ 'ਚ ਵੀ ਪਹੁੰਚੋ ਔਰ ਮਹਾਰਾਣੀ ਦਾ ਆਸ਼ੀਰਵਾਦ ਲਓ। ਔਰ ਸੰਗਤ ਨੂੰ ਇੱਕ ਹੋਰ ਵੀ ਜ਼ਰੂਰੀ ਗੱਲ ਦੱਸਣਾ ਚਾਹਾਂਗਾ ਕਿ 5 ਅਪ੍ਰੈਲ ਦਿਨ ਸ਼ੁੱਕਰਵਾਰ ਮਹਾਰਾਣੀ ਦੇ ਇਸ ਦਰਬਾਰ ਦਾ ਸਾਲਾਨਾ ਮੇਲਾ ਹੈ, ਜੋ ਸਵੇਰੇ 8 ਵਜੇ ਤੋਂ ਚੱਲੇਗਾ ਔਰ ਦੇਰ ਰਾਤ ਤੱਕ ਚੱਲਦਾ ਰਹੇਗਾ, ਜਿਸ ਦੇ ਵਿੱਚ ਅਲੱਗ ਅਲੱਗ ਕਲਾਕਾਰ ਬੜੀ ਦੂਰ ਦੂਰ ਤੋਂ ਆ ਕੇ ਮਹਾਰਾਣੀ ਦਾ ਆਸ਼ੀਰਵਾਦ ਲੈਣਗੇ। ਜਿਸ ਦੇ ਵਿੱਚ
ਕਈ ਤਰ੍ਹਾਂ ਦੇ ਲੰਗਰ ਲਗਾਏ ਜਾਣਗੇ, ਸਟਾਲ ਲਗਾਏ ਜਾਣਗੇ। ਜਿਹੜਾ ਮੇਰੇ ਵੀਰਾਂ ਨੇ ਸਾਡੇ ਸਾਥੀਆਂ ਨੇ ਕੋਈ ਲੰਗਰ ਲਗਾਉਣਾ ਹੋਵੇ ਉਹ ਸਾਨੂੰ ਆਪਣਾ ਨੋਟ ਕਰਵਾ ਦੇਣ ਤਾਂ ਕਿ ਅਸੀਂ ਉਹਨੂੰ ਟਾਈਮ ਦੇ ਨਾਲ ਜਗ੍ਹਾ ਉਹ ਟੇਬਲ ਵਗੈਰਾ ਜੋ ਉਹਨੂੰ ਚਾਹੀਦੇ ਹੋਣ ਉਹ ਪ੍ਰੋਵਾਈਡ ਕਰਵਾ ਸਕਣ। ਸਾਰੀ ਸੰਗਤ ਮੇਲੇ ਦੀ ਤਿਆਰੀ ਕਰ ਲਓ। ਮੇਰੇ ਵੀਰ ਰਾਜ ਜੀ ਬੈਠੇ ਜਿਹੜੇ, ਹੋਰ ਮੇਰੇ ਸਾਥੀ ਨੇ ਸੁਨੀਲ ਜੀ, ਦਮਨ ਜੀ, ਇਹ ਸਾਰੇ 5 ਤਰੀਕ ਤੋਂ ਅਸੀਂ ਸ਼ੁਰੂ ਕਰਾਂਗੇ ਮਹਾਰਾਣੀ ਦੇ ਦਰਬਾਰ ਦੀ ਇਹ ਕਲੈਕਸ਼ਨ। ਜਿਹਨਾਂ ਨੇ ਆਪਣਾ ਆਪਣਾ ਯੋਗਦਾਨ ਕਿਸੇ ਕਿਸਮ ਦਾ ਵੀ ਪਾਉਣਾ ਹੋਵੇ ਉਹ ਇੱਥੇ ਦੇ ਕੇ ਉਹਦੀ ਰਸੀਦ ਜ਼ਰੂਰ ਲੈ ਕੇ ਜਾਣ, ਇਹ ਸਾਡੀ ਬੇਨਤੀ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੰਦਿਰ ਦਾ ਭਾਵਿਆ ਰੂਪ ਬਣਨ ਜਾ ਰਿਹਾ ਹੈ, ਜਿਸ ਨੇ ਕਿਸੇ ਕਿਸਮ ਦਾ ਕੋਈ ਵੀ ਯੋਗਦਾਨ ਪਾਉਣਾ ਹੋਵੇ ਉਹ ਸਾਨੂੰ ਦੇ ਕੇ ਗੱਲੇ 'ਚ ਵੀ ਪਾ ਸਕਦਾ ਹੈ ਔਰ ਦੇ ਕੇ ਉਹਦੀ ਰਸੀਦ ਜ਼ਰੂਰ ਲੈ ਕੇ ਜਾਣ।